ਫਰੈਂਡਸ ਅੱਜ ਅਸੀਂ ਫੇਰ ਛੋਟੀ ਜਿਹੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੁਹਾਨੂੰ ਮੈਂ ਦਿਖਾ ਦਈਏ ਸਾਡੇ ਇੱਥੇ ਸੋਹਣੇ ਵੈਦਰ ਵੀ ਬਹੁਤ ਨੇ ਪਰ ਇੱਕ ਸਾਡੇ ਕੋਲ ਆਹ ਵੈਦਰ ਵੀ ਹੈ ਸਨੋਅ ਦਾ ਹਾਂਜੀ ਸੋ ਵੀ ਜਸਟ ਗੋਨਾ ਮੇਕ ਵੈਰੀ ਸਮਾਲ ਵੀਡੀਓ ਤੇ ਤੁਹਾਨੂੰ ਆਹ ਦਿਖਾ ਦਿੰਦੇ ਆ ਆਹ ਸਾਹਮਣੇ ਪਾਰਕ ਹੈ ਸੁਣ ਮਸਾਨ ਪਿਆ ਬਾਹਰ ਸਾਡੇ ਕੋਈ ਗੱਲ ਨੀ ਅਸੀਂ ਹੋਰ ਦਿਖਾਉਂਦੇ ਤੁਹਾਨੂੰ ਇੱਕ ਦੋ ਏਰੀਆ ਦੀ ਚੀਜ਼ਾਂ ਹਨਾ ਕਾਰ ਡਰੋਨ ਸ਼ਾਟ ਅਸੀਂ ਕਰ ਸਕਦੇ ਪਰ ਸਨੋਅ ਕਰਕੇ ਨਹੀਂ ਅਸੀਂ ਕੀਤਾ ਕਿਉਂਕਿ ਇੰਨੀ ਸਨੋਅ ਪੈਣ ਕਰਕੇ ਉਹਦੇ ਫਿਰ ਪਾਣੀ ਪੈ ਜਾਣਾ ਫਿਰ ਖਰਾਬ ਫਿਰ ਮਜ਼ਾ ਨਹੀਂ ਆਉਂਦਾ ਹਾਂਜੀ ਦੋਸਤੋ ਬਸ ਅਸੀਂ ਥੋੜ੍ਹੇ ਜਿਹੀ 10-15 ਮਿੰਟ ਦੀ ਮੂਵੀ ਤੁਹਾਨੂੰ ਦੱਸਿਆ ਸੀ ਵੀਡੀਓ ਬਣਾਵਾਂਗੇ ਅਸੀਂ ਉਨੀ ਕੁ ਕ੍ਰੀਏਟ ਕੀਤੀ ਆ ਔਰ ਇਹ ਨਾ ਕੁਛ ਵੈਦਰ ਹੁਣ ਐਸਾ ਸਾਡੇ ਕੋਲ ਗੰਦਾ ਜਿਹਾ ਰਹਿੰਦਾ ਵੀ ਕਿਤੋਂ ਘਰੋਂ ਜਾਣ ਨੂੰ ਵੀ ਦਿਲ ਨਹੀਂ ਕਰਦਾ ਹੁਣ ਜਿਵੇਂ ਸਮਰ ਆਉਂਦਾ ਫਿਰ ਅਸੀਂ ਹੋਰ ਵੀਡੀਓਜ਼ ਬਣਾਵਾਂਗੇ ਬਹੁਤ ਹੀ ਜਲਦੀ ਕੁਛ ਵਧੀਆ ਚੀਜ਼ ਤੁਹਾਨੂੰ ਦਿਖਾਵਾਂਗੇ ਤਾਂ ਪਲੀਜ਼ ਵੀਡੀਓ ਨੂੰ ਪਿਆਰ ਦਿਓ ਅਤੇ ਇੰਜੋਏ ਦਾ ਸਨੋਅ ਥੈਂਕ ਯੂ ਫੋਰ ਵਾਚਿੰਗ